ਸ਼ੁਰੂ ਕਰਦੇ ਹਾਂ। ਤੁਸੀਂ ਵੇਖ ਸਕਦੇ ਹੋ ਸਾਡੇ ਕਣਕਾਂ ਵਗੈਰਾ ਕੱਟੀ ਵਢੀ ਗਈਆਂ, ਇਹ ਵੇਖ ਸਕਦੇ ਹੋ ਉਹ ਸਾਹਮਣੇ ਕਣਕਾਂ ਵਢੀ ਗਈਆਂ ਅਤੇ ਫਿਲਹਾਲ ਮੈਂ ਵਹਿੰਦਾ ਪੀਆਂ ਵੱਢ ਚਾਵਾਂ, ਅਤੇ ਵੇਖ ਸਕਦੇ ਹੋ ਨਾਲ ਮੱਕੀ ਵੀ ਲੱਗੀ ਹੋਈ ਹੈ। ਇਹ ਵੇਖੋ ਕੀ ਹੈ ਬਈ, ਅਤੇ ਨਾਲ ਇਹ ਪਨੀਰੀ ਹੈ ਬਈ, ਇਹ ਕਿਹੜੀ ਦਾਂ ਜਿੱਦੀ ਪਨੀਰ ਵਗੈਰਾ ਹੁੰਦੀ ਹੈ ਪਨੀਰ ਉਹਦੇ ਵਿੱਚ ਵੈਸੇ ਬਈ, ਅਤੇ ਕਣਕ ਵਗੈਰਾ ਕੱਟੀ ਵਢੀ ਵੈਸੀ ਕਾਸ਼ਤਕਾਰੀ ਉਹ ਵੈਸੀ ਨਾ, ਉਸ ਤੋਂ ਬਾਅਦ ਇੱਥੇ ਦਾਂਜ ਵਗੈਰਾ ਲੱਗੀ ਪਾਣੀ ਵਗੈਰਾ ਅਸਾਂ ਗੁਜ਼ਾਰਦੇ ਹਾਂ। ਤੁਸੀਂ ਵੇਖ ਸਕਦੇ ਹੋ ਇੱਥੇ ਪੈਨ ਫਿਰੀ ਮਤਲਬ ਜਾਂਦੇ ਹਨ, ਉਹ ਇੱਥੇ ਫਿਰ ਗਈ ਹੈ ਅਤੇ ਹੁਣ ਚੈਪਰ ਵਗੈਰਾ ਆ ਵੰਜਣਾ ਹੈ ਅਤੇ ਉਹ ਫਿਰਨਾ ਹੈ ਵੀ ਇੱਥੇ, ਫਿਰ ਉਹਦੇ ਬਾਅਦ ਆਉਂਦੀ ਘਰ ਆਪਣੇ ਸੂੰ। ਜਿਵੇਂ ਕਿ ਤੁਹਾਨੂੰ ਪਤਾ ਹੈ ਵੀ ਥ੍ਰੈਸ਼ਰ ਦੇ ਉੱਤੇ ਅਗਰ ਕੱਢਾ ਵੰਜਾ ਪਾਉ ਤਾਂ ਉਹ ਜ਼ਿਆਦਾ ਨਿਕਲਦਾ ਹੈ, ਅਤੇ ਅਗਰ ਚੇਪਰ 'ਤੇ ਕੱਢਾ ਵੰਜੇ ਤਾਂ ਉਹ ਥੋੜ੍ਹਾ ਨਿਕਲਦਾ, ਕਾਫੀ ਮਤਲਬ 15 ਇੱਕ ਮਾਣ ਦਾ ਫਰਕ ਪੈ ਜਾਂਦਾ ਹੈ, ਭਾਵੇਂ ਮਤਲਬ 15 ਮਾਣ ਦਾ ਫਰਕ ਪੈ ਜਾਂਦਾ ਹੈ। ਅਤੇ ਅੱਜ ਤੁਸੀਂ ਹਾਲਾਤ ਨੂੰ ਵੇਖਦੇ ਹੋਏ ਆਵਾਮ ਤਾਂ ਭਰੁੱਕ ਪੈਨ ਫਿਰਾ ਦਿੰਦੀ ਹੈ ਕਿਉਂਕਿ ਜਲਦੀ ਨਾਲ ਕੰਮ ਨਿਬੜੇ, ਅਤੇ ਤੁਸੀਂ ਵੇਖ ਸਕਦੇ ਹੋ ਅੱਗਾ ਮੈਂ ਤੁਹਾਨੂੰ ਅਗਲਾ ਮਾਹੌਲ ਵੇਖੇ ਨਾ ਪਈ ਜਿਹੜੀ ਅੰਧੇਰੀ ਦੀ ਵਜ੍ਹਾ ਨਾਲ ਡੱਠੀ ਪਈ ਹੈ, ਅਤੇ ਇਹਨੂੰ ਹੁਣ ਹੱਥ ਦੇ ਉੱਤੇ ਕਿਹੜੇ ਮਜ਼ਦੂਰ ਦਾ ਆੜੇ ਪਏ ਮਤਲਬ ਦਿਹਾੜੀ ਦਾ ਉਹ ਵੜ ਸੇ ਨਹੀਂ, ਮਤਲਬ ਕਿਸਾਨ ਲੋਕਾਂ ਨੇ ਮਿਹਨਤ ਕੀਤੀ ਭਾਵੇਂ, ਲੇਕਿਨ ਅੱਲਾਹ ਤਾਲਾ ਦੀ ਕੁਦਰਤ ਦਾ ਨਿਜ਼ਾਮ ਕੁਝ ਇਵੇਂ ਦਾ ਕਿ ਅੱਲਾਹ ਤਾਲਾ ਹਰ ਪਾਸੋਂ ਬੰਦੇ ਨੂੰ ਰਿਜ਼ਕ ਦਿੰਦਾ। ਅਤੇ ਹੁਣ ਇਹ ਕਣਕ ਡੱਠੀ ਪਈ ਹੈ ਨਾ ਕਿਹੜੀ, ਇਹ ਆ ਤਾਂ ਲੇਬਰ ਵਢੇ ਸੀ, ਅਤੇ ਚਲੋ ਉਹਦੇ ਹੀ ਲੇਬਰ ਦੇ ਕੋਈ ਦੋ ਤਰੇ ਮਾਣ ਦਾਣੇ ਬਣ ਵੈਸੇ। ਦੋਸਤੋ ਆਹ ਵੇਖ ਸਕਦੇ ਹੋ ਤੁਸੀਂ, ਇਹ ਮਹਾਜਰ ਏ ਪੀ ਆ ਬੰਦਾ, ਅਤੇ ਇੱਥੇ ਉਸਨੇ ਮਤਲਬ ਚੰਗੀ ਕਾਸ਼ਤਕਾਰੀ ਕੀਤੀ ਹੋਈ ਹੈ, ਸਬਜ਼ੀਆਂ ਵਗੈਰਾ ਉਗਾਈ ਰੱਖਦਾ ਹੈ ਅਤੇ ਗੰਨਾ ਵਗੈਰਾ ਉਗਾਇਆ ਪਈ ਹੈ ਅਤੇ ਫੁੱਲ ਵਗੈਰਾ ਲੱਗੇ ਹੋਏ, ਅਤੇ ਵਾਹਵਾਈ ਨਿਜ਼ਾਮ ਅੱਛਾ ਏ ਪੀ ਆ। ਮਿਰਚਾਂ ਧਨੀਆ ਪਿਆਜ਼ ਹਰ ਇੱਕ ਚੀਜ਼ ਦਾ ਮਤਲਬ ਜਿਵੇਂ ਸਬਜ਼ੀਆਂ ਵਗੈਰਾ ਹੁੰਦੀਆਂ ਉਹ ਵਹਿੰਦਾ ਹੈ ਇੱਥੇ, ਅਤੇ ਬਹੁਤ ਚੰਗਾ ਨਿਜ਼ਾਮ ਏ ਪੀ ਆ। ਮਤਲਬ ਜੱਕ ਵਾਲਿਆਂ ਨੂੰ ਇੱਕ ਵਸਾਈ ਮਿਲਿਆ ਹੋਇਆ ਹੈ ਕਿ ਸਬਜ਼ੀ ਵਗੈਰਾ ਇੱਥੋਂ ਲੈ ਵਹਿੰਦੇ ਹਨ, ਉਹਨਾਂ ਵਾਸਤੇ ਕਿ ਚੰਗਾ ਮਤਲਬ ਚੰਗਾ ਏ ਪੀ ਆ ਕੰਮ, ਕਿ ਉਹਨਾਂ ਨੂੰ ਕਿਸੇ ਸ਼ਹਿਰ ਦਾ ਔਖ ਨਹੀਂ ਕਰਨਾ ਪੈਂਦਾ। ਇਹ ਵੱਢ ਚਾਵਣ ਆਇਆ ਰੱਖਣਾ, ਇਹ ਗੱਟੂ ਇੱਕ ਏ ਪੀ ਆ ਵੱਢ ਤਾ, ਇਹਦੇ ਵਿੱਚ ਦਾਣੇ ਪਏ ਮਤਲਬ ਜਿਹੜੇ ਮਾਈਆਂ ਉਹ ਵੱਢ ਵਗੈਰਾ ਚੁੱਕਦੀਆਂ, ਅਤੇ ਇਹ ਮੈਂ ਚਾਵਣ ਆਇਆ ਹੁਣ, ਅਤੇ ਮੈਂ ਆਖਿਆ ਚਲੋ ਵਲੌਗ ਹੀ ਬਣਾ ਲਵਾਂ ਬਾਈਆਂ ਵਾਸਤੇ। ਦੋਸਤੋ ਹਾਂ ਤਾਂ ਵੇਵਰ ਤੁਸੀਂ ਵੇਖ ਸਕਦੇ ਹੋ, ਇਹ ਮੈਂ ਘਾਹ ਚਾਹੀਦਾ ਨਾ ਬੱਕਰੀਆਂ ਵਾਸਤੇ, ਘਰ ਬੱਕਰੀਆਂ ਪਾਲੀਆਂ ਹੋਈਆਂ, ਅਤੇ ਮੈਂ ਆਇਆ ਹਾਂ ਇੱਥੇ ਘਾਹ ਚਾਵਣ, ਅਤੇ ਹੁਣ ਮੈਂ ਘਰ ਵਾਪਸੀ ਵਹਿੰਦਾ ਪਈਆਂ। ਅਤੇ ਜਿਹੜੇ ਮੇਰੇ ਭਰਾ ਮੇਰੇ ਚੈਨਲ ਨੂੰ ਸਬਸਕ੍ਰਾਈਬ ਕੋਈ ਨਹੀਂ ਕੀਤਾ ਉਹ ਸਬਸਕ੍ਰਾਈਬ ਕਰ ਦੇਵੇ, ਨਾਲ ਲਾਈਕ ਕਰ ਦੇਵੇ, ਮੇਰੀ ਬੜੀ ਮਿਹਨਤ ਹੈ ਪਈ ਯੂਟਿਊਬ 'ਤੇ ਵੀ ਮੈਂ ਵੀ ਮਸ਼ਹੂਰ ਹੋਵਾਂ। ਕੋਈ ਰੁਜ਼ਗਾਰ ਤਾਂ ਇਵੇਂ ਦਾ ਮਿਲਦਾ ਕੋਈ ਨਹੀਂ ਕਿ ਇਹਦੇ ਨਾਲ ਘਰ ਦੇ ਮਤਲਬ ਅਖਰਾਜਾਤ ਪੂਰੇ ਕੀਤੇ ਵੰਜਣ, ਅਤੇ ਤਾਂ ਪਰ ਮੈਂ ਯੂਟਿਊਬ ਚੈਨਲ ਬਣਾਇਆ। ਚਲੋ ਮੈਂ ਸੋਚਿਆ ਕਿ ਕੁਝ ਪੈਸੇ ਵਗੈਰਾ ਮਤਲਬ ਜੋ ਵੀ ਆਮਦਨ ਵਗੈਰਾ ਆਉਂਦੀ ਹੈ ਯੂਟਿਊਬ ਤੋਂ ਉਹ ਚਲੋ ਮਿਲ ਵੈਸੀ, ਇਹ ਸਾਰੇ ਤੁਹਾਡੇ ਭਰਾਵਾਂ ਦਾ ਅਹਿਸਾਸ ਹੀ ਵੀ ਆ ਕਿ ਤੁਸੀਂ ਮੇਰੇ ਨਾਲ ਹਮਦਰਦੀ ਕਰਦੇ ਹੋਏ, ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ, ਅਤੇ ਹੋ ਸਕੇ ਤਾਂ ਬਾਏ ਲੋਕਾਂ ਕੋਲ ਵੀ ਸਬਸਕ੍ਰਾਈਬ ਕਰਾ ਦਿਓ। ਮੈਂ ਬਹੁਤ ਮਿਹਨਤ ਕਰਕੇ ਵੀਡੀਓ ਬਣਾਉਂਦਾ ਪਈਆਂ ਤਾਂ ਕਿ ਮੈਨੂੰ ਵੀ ਕੁਝ ਯੂਟਿਊਬ ਤੋਂ ਫਾਇਦਾ ਹੋਵੇ। ਅਤੇ ਮਾਸ਼ਾਅੱਲਾ ਬਰਾ ਜਿਹੜਾ ਬੜਾ ਕਮੈਂਟ ਕਰਕੇ ਮੈਨੂੰ ਆਖੀ ਬਈ ਮੇਰਾ ਚੈਨਲ ਸਬਸਕ੍ਰਾਈਬ ਕਰ ਦੇ, ਅਤੇ ਮੈਂ ਜ਼ਰੂਰ ਸਬਸਕ੍ਰਾਈਬ ਕਰਦੇ ਸਾਂ ਕਿਉਂਕਿ ਮੇਰੇ ਕੋਲ ਵਾਫਰ ਮੁਕਦਾਰ ਚ ਐਮਬੀ ਹੁੰਦੀ ਹੈ, ਕਿਉਂਕਿ ਮੈਂ ਐਸਾ ਸਿਸਟਮ ਕੱਢਾ ਹੋਇਆ ਜਿਹਦੇ ਵਜ੍ਹਾ ਨਾਲ ਮਤਲਬ ਐਮਬੀ ਬਹੁਤ ਜ਼ਿਆਦਾ ਆਉਂਦੀ ਹੈ, ਟੈਨਸ਼ਨ ਹੀ ਕੋਈ ਨਹੀਂ ਵੀਡੀਓ ਵਗੈਰਾ ਚਾੜਨ ਦੀ।